अंकल जी की नाम है अपना? पिंड भिखी वंडिया ਤੇ ਕਿੱਦਾਂ ਅੱਗ ਲੱਗੀ ਆ? ਓਏ ਇਹ ਰੋਏ ਬਿਲੀਅਨ ਦੀ ਜਾਨ ਨੂੰ ਰੋਨੇ ਸਾਡਾ ਟਰਾਵਲ ਮੈਂ ਰੋਈ ਪੜਾਕੇ ਮਾਰਦਾ ਰਹੀਤਾ ਅੱਜ ਵੀ ਪਤਾ ਨਹੀਂ ਕਿੱਦਾਂ ਲੱਗੀ ਆ ਤੂੰ ਆ ਉੱਤੇ ਗਿਆ ਵੇਖਿਆ ਥੱਲੇ ਆਇਆ ਤੇ ਬੂਹਾ ਖੋਲਿਆ ਅੰਦਰ ਅੱਗ ਉੱਗ ਲੱਗੀ ਕਿੰਨਾ ਕੁ ਨੁਕਸਾਨ ਆ ਜਿਹੜਾ ਹੁਣ ਤੱਕ ਹੋ ਗਿਆ ਪੁੱਤ ਕੀ ਦੱਸੀਏ ਸਾਰਾ ਨੁਕਸਾਨ ਹੀ ਨੁਕਸਾਨ ਆ ਸਾਡੇ ਅੰਦਰ ਵੀ 70 ਲੱਖ ਰੁਪਏ ਦਾ ਮਾਲ ਹੀ ਮਾਲ ਆ ਤੇ ਸੁਣ ਦੇ ਵਿੱਚ ਆਇਆ ਵੀ ਇਹ ਟਰਾਂਸਫਾਰਮ ਦੇ ਕਾਰਨ ਪਹਿਲਾਂ ਵੀ ਲੱਗੇ ਗਵਾਂਢ ਇੱਕ ਦੁਕਾਨ ਨੂੰ ਅੱਗ ਲੱਗੀ ਅੱਗੇ ਅੱਗੇ ਟਰਾਂਸਫਾਰਮਰ ਕਿ ਸੜੀ ਸੜੀ ਸਾਰੀਆਂ ਲਾਈਟਾਂ ਵੀ ਮੇਰੀ ਸੜ ਗਈਆਂ ਅੱਗੇ ਜੇ ਇਹਦਾ ਸਿਆਪਾ ਕੀਤਾ ਨਹੀਂ ਅੜਦਾ ਕੁੜੀ ਆ ਵਾਦੀ ਜਦੋਂ ਦਰਖਾਸਤ ਦਿੰਦੇ ਜੋ ਤਾਂ ਕੀ ਅੱਗੋਂ ਜਵਾਬ ਮਿਲਦਾ ਹੈ ਕਰ ਦਿੰਦੇ ਕੀ ਮੰਗ ਕਰਦੇ ਜੋ ਮੈਨੂੰ ਕੋਈ ਕਰਦੇ ਮੈਂ ਕੀ ਗੱਲ ਕਰਦੇ ਆ ਸਿੱਧੀ ਲੱਗੀ ਚਾਚਾ ਤਾਰ ਹੀ ਸਿੱਧੀ ਲੱਗੀ ਆ ਮੇਰਾ ਨਾਂ ਕਲੀਪ ਚੋਪੜਾ ਅੰਕਲ ਜਿਹੜੀ ਆ ਇੱਥੇ ਖਾਲੜਾ ਰੋਡ ਤੇ ਭਿੱਖੀ ਪਿੰਡ ਦੇ ਵਿੱਚ ਦੁਕਾਨ ਨੂੰ ਬੂਟ ਹਾਊਸ ਨੂੰ ਅੱਗ ਲੱਗੀ ਕੀ ਮਸਲਾ ਹੈ ਸਾਰਾ ਇਹ ਜੀ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੀ ਲੱਗੀ ਹੈ ਅੱਜ ਤੋਂ ਕੋਈ ਟਾਈਮ ਪਹਿਲਾਂ ਤੁਹਾਡੀ ਦੁਕਾਨ ਨੂੰ ਵੀ ਅੱਗ ਲੱਗੀ ਸੀ ਅੱਜ 10/11/11/5/22 ਨੂੰ ਚੋਪੜਾ ਕਲਾਸ ਹਾਊਸ ਨੂੰ ਅੱਗ ਲੱਗੀ ਉਹ ਵੀ ਬਿਜਲੀ ਦੇ ਕਾਰਨ ਹੀ ਲੱਗੀ ਇੱਕ ਅੱਗ ਲੱਗਣ ਦਾ ਕਾਰਨ ਕੀ ਆ ਤਾਰਾਂ ਡਾਇਰੈਕਟਰ ਨੇ ਨਹੀਂ ਟਰਾਂਸਫਾਰਮਰ ਨੂੰ ਅਰਥੀ ਨਹੀਂ ਹੋਇਆ ਅੱਛਾ ਤੇ ਵਿੱਚ ਕੋਈ ਫੇਸ ਵੀ ਇੱਕ ਪੱਕਾ ਲੱਗਾ ਹੋਇਆ ਹੈ ਇੱਕ ਪੱਕਾ ਫੇਸ ਹੀ ਉੱਤੇ ਲੱਗਾ ਉਹ ਤੁਸੀਂ ਹੋਣੀ ਉਹਦੀ ਤਾਰ ਕਨੈਕਸ਼ਨ ਵੀ ਲੈ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਸਾਹਮਣੇ ਲੱਗਾ ਹੋਇਆ ਤੇ ਇਹਦੇ ਸੰਬੰਧ ਵਿੱਚ ਦਰਖਾਸਤਾਂ ਵਗੈਰਾ ਦਿੱਤੀਆਂ ਬਹੁਤ ਦਰਖਾਸਤਾਂ ਗਈਆਂ ਜੀ ਤੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੀ ਮੰਗ ਕਰਦੇ ਹੋ ਜਿਹੜਾ ਮੰਗ ਕਰਦੇ ਆ ਜੀ ਪੰਜਾਬ ਸਰਕਾਰ ਇੱਕ ਤੇ ਜਿਨ੍ਹਾਂ ਦਾ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਵੇ ਸਾਨੂੰ ਤਾਂ 1.5 ਸਾਲ ਹੋਇਆ ਜੀ ਇੱਕ ਅੱਜ ਤੱਕ ਕਿਸੇ ਨੇ ਆਣ ਕੇ ਪੁੱਛਿਆ ਵੀ ਨਹੀਂ ਨਾ ਸਾਡੇ ਇੰਸ਼ੋਰੈਂਸ ਕੰਪਨੀ ਨੇ ਤੇ ਨਾ ਸਾਡੇ ਬਿਜਲੀ ਮਹਿਕਮੇ ਨੇ ਤੇ ਨਾ ਪੰਜਾਬ ਸਰਕਾਰ ਵੀਰ ਜੀ ਮੇਰਾ ਨਾਂ ਰਕੇਸ਼ ਚੋਪੜਾ ਜੀ ਪਿੰਡ ਕਿਹੜਾ ਹੈ ਆ ਜਿਹੜੀ ਕਮਲ ਬੂਟ ਹਾਊਸ ਨੂੰ ਅੱਗ ਲੱਗੀ ਕਿੱਦਾਂ ਲੱਗੀ ਆ ਇਹ ਬਿਜਲੀ ਬੋਰਡ ਦੇ ਅੰਗਾਲੀ ਕਰਕੇ ਲੱਗੀ ਆ ਜੀ ਅਸੀਂ ਬੜੀਆਂ ਕੰਪਲੇਟਾਂ ਕੀਤੀਆਂ ਜੀ ਸਾਹਿਬ ਨੂੰ ਸੜਕੋਂ ਲਿਖਤੀ ਪਈਆਂ ਵੀ ਆਈਆਂ ਜੀ ਇਹਨਾਂ ਸਿਰ ਤੇ ਕੋਈ ਜੂਨ ਛੜਕੀ ਕੋਈ ਨਹੀਂ ਜੀ ਜਦੋਂ ਬਿਜਲੀ ਆ ਕੱਪੜੇ ਦੁਕਾਨ ਨੂੰ ਅੱਗ ਲੱਗੀ ਉਦੋਂ ਹੀ ਕੰਪਲੇਟਾਂ ਕੀਤੀਆਂ ਜੀ ਇਸ ਤਰ੍ਹਾਂ ਆਪਾਂ ਨੂੰ ਅਰਥ ਨਹੀਂ ਹੈਗਾ ਜੀ ਕੋਈ ਵੀ ਤੇ ਫੇਸ ਇੱਕ ਡਾਇਰੈਕਟ ਆ ਬਿਲਕੁਲ ਜੀ ਬਿਲਕੁਲ ਤੇ ਅੱਗ ਕਦੋਂ ਕਦੀ ਲੱਗੀ ਆ ਅੱਗ ਸਵੇਰੇ 4 ਵਜੇ ਦੀ ਲੱਗੀ ਆ ਜੀ ਤੇ ਹੁਣ ਤੱਕ ਅੱਗ ਤੇ ਕਾਬੂ ਪਾਇਆ ਨਹੀਂ ਕਾਬੂ ਬਿਲਕੁਲ ਨਹੀਂ ਪਾਇਆ ਗਿਆ ਜੀ ਤੁਹਾਡੇ ਸਾਹਮਣੇ ਸਾਰਾ ਕੁਝ ਜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਫਾਇਰ ਬ੍ਰਿਗੇਡ ਆ ਗਏ ਜੀ ਅੱਛਾ ਪੁਲਿਸ ਵਾਲਾ ਜਿਵੇਂ ਮੌਕੇ ਤੇ ਹੈਗੇ ਆ ਪਰ ਕੋਈ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਜੀ ਅੱਛਾ ਤੇ ਕੀ ਮੰਗ ਕਰਦੇ ਜੀ ਅਸੀਂ ਮੰਗ ਕਾਰਵਾਈ ਕਰਦੇ ਕਰਨਾ ਚਾਹੁੰਦੇ ਆ ਜਿਹੜੇ ਮਲਾਜ਼ਮਾਂ ਨੇ ਕਾਰਵਾਈ ਹੋਣੀ ਚਾਹੀਦੀ ਅਸੀਂ ਇੰਨੀਆਂ ਕਮੇਟਾਂ ਕੀਤੀਆਂ ਇਹਨਾਂ ਸਿਰ ਤੇ ਜੂਨ ਸੜਕੀ ਜੀ ਇਹਨਾਂ ਕਾਰਵਾਈ ਹੋਣੀ ਚਾਹੀਦੀ ਜੀ ਕੀ ਨਾਮ ਹੈ ਰਾਜਦੀਪ ਸਿੰਘ ਵੇਖ ਜੀ ਪਿੰਡ ਕਿਹੜਾ ਭਿੱਖੀ ਪਿੰਡ ਜਿਹੜੀ ਅੱਗ ਲੱਗੀ ਆ ਦੁਕਾਨ ਤੁਹਾਡੀ ਆ ਹਾਂਜੀ ਹਾਂਜੀ ਕਿੱਦਾਂ ਲੱਗੀ ਆ ਇਹ ਜਿੱਦੀ ਉਹ ਟਰਾਂਸਫਾਰਮ ਕੋਈ ਸ਼ਾਰਟ ਸਰਕਟ ਹੋਇਆ ਬਿਨਾਂ ਅਰਥ ਤੋਂ ਟਰਾਂਸਫਾਰਮ ਮੈਂ ਬੜੀ ਵਾਰੀ ਕੰਪਲੇਂਟ ਦਿੱਤੀ ਹੈ ਇਹਦੀ ਕਿ ਸਾਨੂੰ ਅਰਥ ਲਾ ਦਿਓ ਅਸੀਂ ਵੀ ਦਿੱਤੀ ਆ ਸਾਡੇ ਗਵਾਂਢੀਆਂ ਨੇ ਵੀ ਬੜੀ ਵਾਰੀ ਦਿੱਤੀ ਹੈ ਪਰ ਇਹਦਾ ਕੋਈ ਹੱਲ ਨਹੀਂ ਹਰ ਵਾਰੀ ਉਹ ਬਜਟ ਨਹੀਂ ਹੈਗਾ ਜਾਂ ਬੰਦੇ ਆਉਂਦੇ ਹੀ ਨਹੀਂ ਫੋਨ ਲਾਉਂਦੇ ਰਹੇ ਇਹਦੇ ਬੰਦੇ ਨਹੀਂ ਆਉਂਦੇ ਬਾਹਰੋਂ ਕੋਲੋਂ ਕੰਮ ਕਰਾਉਣਾ ਪੈਂਦਾ ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਗਿਆ ਨੁਕਸਾਨ 1.5 ਕਰੋੜ ਦਾ ਘੱਟੋ ਘੱਟ ਹੈਗਾ ਉੱਪਰ ਘਰ ਦਾ ਵੀ ਨੁਕਸਾਨ ਹੋਇਆ ਹੋਣਾ ਥੱਲੇ ਦੁਕਾਨ ਦਾ ਵੱਖਰਾ ਹੋ ਗਿਆ ਹੋਣਾ ਤੇ 1.5 ਕਰੋੜ ਦਾ ਅੱਗ ਤੇ ਕਾਬੂ ਪਾਇਆ ਗਿਆ ਹੁਣ ਤੱਕ ਅੱਗ ਤੇ ਕਾਬੂ ਕੋਈ ਨਹੀਂ ਪਾਇਆ ਗਿਆ ਪਹਿਲੋਂ 3 ਵਜੇ ਸਿਰਫ ਇੱਕੋ ਗੱਡੀ ਆਈ ਉਸ ਤੋਂ ਬਾਅਦ 2 ਘੰਟੇ ਕੋਈ ਗੱਡੀ ਨਹੀਂ ਆਈ 2-3 ਘੰਟੇ ਦੇ ਆਮ ਲੋਕੀ ਲੱਗੇ ਸਾਰੇ ਕੀ ਮੰਗ ਕਰਦੇ ਜੋ ਮੰਗ ਇਹੋ ਹੀ ਹੈਗੀ ਇੱਕ ਤਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਕੋਈ ਹੈਗੀ ਨਹੀਂ ਸਹੂਲਤ ਭਿੱਖੀ ਪਿੰਡ ਦੇ ਵਿੱਚ ਤੇ ਦੂਜਾ ਆਣ ਨੂੰ ਜੋ ਵੀ ਸਾਡਾ ਨੁਕਸਾਨ ਹੋਇਆ ਉਹਦਾ ਹਰਜਾਨਾ ਚੰਗੀ ਤਰ੍ਹਾਂ ਸਾਨੂੰ ਮਿਲੇ ਜੋ ਇਹ ਹੱਲ ਆ ਉਹ ਹੱਲਦਾ ਇਹਦਾ ਵੱਧ ਤੋਂ ਵੱਧ ਉਹ ਠੀਕ ਹੋਣਾ ਸਰ ਭਿੱਖੀ ਪਿੰਡ ਖੇਮਕਾ ਰੋਡ ਤੇ ਕਮਲ ਬੂਟ ਹਾਊਸ ਨੂੰ ਅੱਗ ਲੱਗੀ ਸਰ ਕਦੋਂ ਕਦੀ ਲੱਗੀ ਆ ਤੇ ਕਿੰਨੇ ਕੁ ਤੱਕ ਜਿਹੜਾ ਕਾਬੂ ਪਾ ਲਿਆ ਗਿਆ ਸਵੇਰੇ 4 ਕੁ ਵਜੇ ਜਿਹੜਾ ਸਾਨੂੰ ਸਲਾਹ ਮਿਲੀ ਸੀ ਜੀ ਕਮਲ ਬੂਟ ਹਾਊਸ ਖਲੜਾ ਰੋਡ ਤੇ ਜਿਹੜਾ ਦੁਕਾਨ ਦੇ ਅੰਦਰ ਸ਼ਾਇਦ ਸ਼ਾਰਟ ਸਰਕਟ ਹੋਣ ਦੇ ਨਾਲ ਜਿਹੜੀ ਆ ਅੱਗ ਅੰਦਰ ਲੱਗੀ ਆ ਉਸ ਵੇਲੇ ਪੱਟੀ ਤੋਂ ਫਾਇਰ ਬ੍ਰਿਗੇਡ ਇੱਕ ਮੰਗਾਈ ਸੀ ਕੰਮ ਜਿਹੜਾ ਚੱਲ ਰਿਹਾ ਹੁਣ ਤਰਨ ਤਾਰਨ ਤੋਂ ਵੀ ਫਾਇਰ ਬ੍ਰਿਗੇਡ ਆ ਗਈ ਹੈ ਅਤੇ ਅੰਮ੍ਰਿਤਸਰ ਵੀ ਇਹਦਾ ਇਨਫੋਰਮੇਸ਼ਨ ਦਿੱਤੀ ਹੈ ਅਜੇ ਅੱਗੇ ਜੇ ਵੀਡੀਓ ਚੱਲ ਰਹੀ ਹੈ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੁਕਾਨ ਦੀ ਲੰਬਾਈ ਜਿਹੜੀ ਕਾਫੀ ਜਿਹੜੀ ਹੈ ਲੰਬੀ ਹੈ ਕਰੀਬ 65-70 ਫੁੱਟ ਲੰਬਾਈ ਹੈ ਦੁਕਾਨ ਦੀ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਵੀ ਕਿਸ ਤਰ੍ਹਾਂ ਹੋਇਆ ਅਜੇ ਕਲੀਅਰ ਨਹੀਂ ਹੈ ਸ਼ਾਇਦ ਸ਼ਾਰਟ ਸਰਕਟ ਕਹਿ ਰਹੇ ਆ ਘਰ ਵਾਲੇ ਕਿ ਅੱਗ ਉਹਦੇ ਨਾਲ ਲੱਗੀ ਜਾਪਦੀ ਹੈ ਬਾਕੀ ਬੁਝਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਕਾਰਨ ਇਹਦਾ ਪਤਾ ਲੱਗ ਸਕੇਗਾ ਕਿ ਉਹਦੇ ਨਾਲ ਹੋਈ